ਅਨ ਪਿਆਰਿਓ ਮੈਂ ਬੇਨਤੀ ਕਰਾਂ ਅੰਮ੍ਰਿਤ ਬਾਰੇ, ਅੰਮ੍ਰਿਤ ਬਾਰੇ ਮੈਂ ਬੇਨਤੀ ਕਰਾਂ। ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਹੋਏ, ਪਤਾ ਨਹੀਂ ਕਿੰਨੇ ਲੱਖਾਂ ਨੂੰ ਅੰਮ੍ਰਿਤ ਛਕਾ ਗਏ, ਕਿੰਨਿਆਂ ਨੂੰ ਗੁਰੂ ਨਾਲ ਜੋੜਿਆ। ਧਿਆਨ ਨਾਲ ਸੁਣਿਓ ਪਿਆਰਿਓ, ਮਹਾਂਪੁਰਖਾਂ ਦੇ ਦੀਵਾਨ ਹੋ ਰਹੇ ਸੀ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਵਜਵੀਂ ਦੀਵਾਨ ਦੀਵਾਨ ਹੋ ਰਹੇ ਸੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ। ਪੰਡਤਾਂ ਦਾ ਮੁੰਡਾ, ਬਾਹਮਣਾਂ ਦਾ ਮੁੰਡਾ ਸੰਗਤ ਵਿੱਚ ਆ ਗਿਆ। ਉਹਨੇ ਜਦੋਂ ਦੀਵਾਨ ਸੁਣਿਆ, ਜਦੋਂ ਉਹਨੇ ਦੀਵਾਨ ਸੁਣਿਆ, ਉਹ ਕਹਿਣ ਲੱਗਾ ਘਰ ਜਾ ਕੇ, ਮਾਤਾ ਕੱਲੂ ਅੰਮ੍ਰਿਤ ਦੀ ਦਾਤ ਦਿੱਤੀ ਜਾਣੀ ਆ, ਕੱਲੂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਣਾ, ਮੇਰੇ ਤੋਂ ਰਹਿ ਨਹੀਂ ਹੁੰਦਾ, ਮੈਂ ਵੀ ਅੰਮ੍ਰਿਤ ਛਕਣਾ। ਮਾਂ ਕਹਿ ਰਹੀ ਆ, ਪੁੱਤਰਾ ਤੂੰ ਪੰਡਤਾਂ ਦਾ ਮੁੰਡਾ, ਤੂੰ ਅੰਮ੍ਰਿਤ ਕਿਵੇਂ ਛਕ ਲਏਗਾ, ਤੈਨੂੰ ਕਿੱਦਾਂ ਅੰਮ੍ਰਿਤ ਛਕਾਵਾਂਗੇ, ਲੋਕੀ ਕੀ ਕਹਿਣਗੇ, ਤੇਰਾ ਪਿਓ ਪੰਡਤ ਆ, ਹਾਊ ਕੈਨ ਵੀ ਗਿਵ ਯੂ ਅੰਮ੍ਰਿਤ, ਬਾਹਮਣਾਂ ਦਾ ਮੁੰਡਾ ਤੂੰ ਕਿੱਦਾਂ ਅੰਮ੍ਰਿਤ ਛਕਾਵਾਂਗੇ। ਉਹ ਕਹਿਣ ਲੱਗਾ, ਜੋ ਮਰਜ਼ੀ ਹੋਵੇ ਮਾਂ, ਮੈਂ ਦੀਵਾਨ ਸੁਣ ਕੇ ਆਇਆ, ਮੇਰਾ ਮਨ ਮੰਨ ਗਿਆ ਕਿ ਮੈਂ ਅੰਮ੍ਰਿਤ ਛਕਣਾ। ਪਿਓ ਘਰ ਆਇਆ, ਇਹ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਜੀਵਨੀ ਚ ਲਿਖੀ ਹੋਈ ਆ ਗੱਲ, ਤੁਸੀਂ ਪੜ੍ਹ ਵੀ ਸਕਦੇ ਹੋ, ਇਟਸ ਰਿਟਨ ਇਨ ਦ ਲਾਈਫ ਸਟੋਰੀਜ਼ ਆਫ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਉਹ ਜਦੋਂ ਘਰ ਆਇਆ, ਪਿਓ ਵੀ ਘਰ ਆ ਗਿਆ, ਪੁੱਤਰ ਰੋ ਰਿਹਾ ਕਿ ਮੈਂ ਅੰਮ੍ਰਿਤ ਛਕਣਾ, ਸਵੇਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ, ਮੈਂ ਅੰਮ੍ਰਿਤ ਛਕਣਾ, ਮੈਂ ਅੰਮ੍ਰਿਤ ਛਕਣਾ। ਉਹਨਾਂ ਨੇ ਦੱਸਾਂ ਕੀ ਕੀਤਾ ਬੱਚੇ ਨੂੰ, ਕਮਰੇ 'ਚ ਬੰਦ ਕਰਕੇ ਬਾਹਰੋਂ ਤਾਲਾ ਲਾ ਤਾ ਕਿ ਹੋਰ ਹੀ ਨਾ ਕਿ ਭੱਜ ਕੇ ਅੰਮ੍ਰਿਤ ਛਕਿਆ ਆਵੇ। ਬਾਹਰੋਂ ਤਾਲਾ ਲਾ ਲਿਆ, ਦੇ ਲੌਕਡ ਵਿਦ ਅ ਪੈਡਲੌਕ, ਦੇ ਲੌਕਡ ਹਿਸ ਬੈਡਰੂਮ ਡੋਰ ਸੋ ਵੀ ਕਾਂਟ ਰਨ ਆਊਟ ਦ ਰੂਮ। ਬੱਚਾ ਅੰਦਰ ਕਮਰੇ 'ਚ ਬੈਠਾ ਕਹਿ ਰਿਹਾ, ਮੈਨੂੰ ਅੰਮ੍ਰਿਤ ਛਕਾ ਦਿਓ, ਮੈਨੂੰ ਅੰਮ੍ਰਿਤ ਦੇ ਦਿਓ, ਅੰਮ੍ਰਿਤ ਛਕਾ ਦਿਓ, ਅੰਮ੍ਰਿਤ ਛਕਣਾ। ਅੰਮ੍ਰਿਤ ਕਰਦਾ ਕਰਦਾ ਇੰਨਾ ਰੋ ਰਿਹਾ ਸੀ, ਇੱਦਾਂ ਦਾ ਸਾਹ ਲਿਆ, ਹੌਕਾ ਲਿਆ ਕਿ ਮਰ ਗਿਆ ਪੁੱਤ, ਹੌਕਾ ਇੱਦਾਂ ਲਿਆ ਸਾਹ, ਹੀ ਵਾਸ ਕ੍ਰਾਈਂਗ ਸੋ ਮੱਚ, ਇੱਕਦਮ ਇੱਦਾਂ ਹੌਕਾ ਲਿਆ ਕਿ ਸਵਾਸ ਤਿਆਗ ਤੇ ਹੀ ਫਸਟ ਵੇ ਹੀ ਡਾਈਡ। ਅੱਛਾ, ਸਵੇਰ ਜਦੋਂ ਹੋਈ, ਹਲੇ ਖੰਡਾ ਬਾਟਾ ਤਿਆਰ ਨਹੀਂ ਹੋਇਆ ਸੀਗਾ, ਪਿੰਡ ਵਾਲੇ ਗੁਰੂ ਘਰ ਅੰਮ੍ਰਿਤ ਸੰਚਾਰ ਹੋਣਾ ਸੀ, ਅੰਮ੍ਰਿਤ ਬਾਟਾ ਵਾਸਨ ਰੈਡੀ। ਜਦੋਂ ਦਰਵਾਜ਼ਾ ਖੋਲਿਆ, ਕਹਿਣ ਲੱਗੇ ਪੁੱਤ ਦੀ ਆਵਾਜ਼ ਨਹੀਂ ਆਈ, ਸੁੱਤਾ ਹੋਊਗਾ, ਚਲੋ ਸੌ ਗਿਆ ਹੋਣਾ। ਦਰਵਾਜ਼ਾ ਜਦੋਂ ਖੋਲਿਆ, ਪੁੱਤ ਤਾਂ ਸਾਹ ਨਹੀਂ ਲੈ ਰਿਹਾ, ਪੁੱਤ ਮਰ ਗਿਆ, ਰੋ ਰਹੇ ਨੇ। ਹੁਣ ਇੰਡੀਆ ਦਾ ਹਿਸਾਬ ਡਿਫਰੈਂਟ ਆ ਇੱਥੇ ਨਾਲੋਂ, ਇੰਡੀਆ ਪਿੰਡ ਸਾਰੇ ਇਕੱਠਾ ਹੋ ਜਾਂਦਾ ਜਦੋਂ ਕੋਈ ਮਰ ਜੇ, ਸਾਰਾ ਉਸ ਟਾਈਮ ਹੀ ਇਕੱਠਾ ਹੋ ਜਾਂਦਾ, ਇੱਥੇ ਚਲੋ ਬਾਅਦ 'ਚ ਇਕੱਠੇ ਹੁੰਦੇ ਆ, ਉੱਥੇ ਉਸ ਟਾਈਮ ਹੀ ਸਾਰਾ ਪਿੰਡ ਇਕੱਠਾ ਹੋ ਜਾਂਦਾ, ਸੰਸਕਾਰ ਵੀ ਉਦੋਂ ਹੀ ਹੋ ਜਾਂਦੇ ਨੇ, ਇੱਥੇ ਹਫ਼ਤੇ ਹਫ਼ਤੇ ਬਾਅਦ ਸੰਸਕਾਰ ਹੁੰਦੇ ਆ, ਬੋਡੀਜ਼ ਆਰ ਕ੍ਰੀਮੇਟਡ ਆਫਟਰ ਵੀਕਸ ਬਟ ਇਨ ਇੰਡੀਆ ਦੇ ਹੈਪਨਸ ਦ ਸੇਮ ਡੇ। ਐਂਡ ਉਹ ਤਿਆਰੀਆਂ ਕਰ ਰਹੇ ਨੇ ਕਿ ਸੰਸਕਾਰ ਕਰਨਾ ਬੱਚੇ ਦਾ, ਮਾਂ ਰੋ ਰਹੀ ਆ, ਇਹ ਪੁੱਤਰਾ ਜੇ ਮੈਂ ਤੈਨੂੰ ਅੰਮ੍ਰਿਤ ਛਕਾ ਲੈਂਦੀ ਤੂੰ ਨਾ ਜਾਂਦਾ, ਜੇ ਮੈਨੂੰ ਪਤਾ ਹੁੰਦਾ ਤੂੰ ਇੱਦਾਂ ਹੀ ਜਾਣਾ ਸੀ, ਇੱਦਾਂ ਦਾ ਪਹਾੜਾ ਵਾਪਰਨਾ ਸੀ, If I knew this was going to happen, I would have taken you to the Amrit Sanchar myself. Ikko hi mera putta, tu vi chadhai kar gaya, tu vi chal gaya. Je mainu pata hunda tu Amrit inna chakna chahunda, main tenu aap leke jandi. Us vele maa keh rahi aa ke sanskar ta karna hi aa ida, par pind wale gurdware inu pehla leke jaiye ke main eh nahi chahundi ke Amrit da boond ede mukhde ch pae jaye, kyunki main nahi eh chahundi ਕਿ ਮੇਰਾ ਪੁੱਤ ਅੰਮ੍ਰਿਤ ਛਕਣਾ ਚਾਹੁੰਦਾ ਸੀ ਕਿ ਮੇਰੇ ਕਰਕੇ ਮੇਰਾ ਪੁੱਤ ਮਰ ਗਿਆ, ਮੈਨੂੰ ਇਹ ਮੇਰੇ ਤੇ ਦਾਗ ਨਾ ਲੱਗੇ, ਮੈਂ ਨਹੀਂ ਇਦਾਂ ਵੇਖ ਸਕਦੀ ਸਾਰੀ ਜ਼ਿੰਦਗੀ। ਅੱਛਾ, ਦ ਮਦਰ ਦ ਫਾਦਰ ਦ ਵਿਲੇਜ ਪੀਪਲ ਗੋਟ ਟੁਗੇਦਰ, ਇਕੱਠੇ ਹੋਏ, ਲਾਸ਼ ਨੂੰ ਚੁੱਕ ਕੇ ਲੈ ਕੇ ਗਏ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਅੱਗੇ ਰੱਖਿਆ ਲਾਸ਼ ਨੂੰ, ਦੇ ਪਲੇਸ ਦ ਬੋਡੀ ਇਨ ਫਰੰਟ ਆਫ ਦ ਗੁਰਦੁਆਰਾ। ਪਹਿਰੇਦਾਰ ਕੋਲ ਗਏ, ਸਾਰੀ ਘਟਨਾ ਦੱਸੀ ਕਿ ਪੁੱਤ ਕੱਲ ਦੀਵਾਨ ਤੇ ਆਇਆ ਸੀ, ਸੁਣਿਆ ਦੀਵਾਨ ਰੋ ਰਿਹਾ ਸੀ ਕਿ ਮੈਂ ਅੰਮ੍ਰਿਤ ਛਕਣਾ। ਪੰਜਾਂ ਪਿਆਰਿਆਂ ਦੇ ਜਥੇਦਾਰ ਬਾਬਾ ਅਤਰ ਸਿੰਘ ਜੀ ਸੀਗੇ ਮਸਤੂਆਣਾ ਸਾਹਿਬ, ਜਥੇਦਾਰ ਸੀ ਮਹਾਂਪੁਰ। ਬਾਬਾ ਅਤਰ ਸਿੰਘ ਤੱਕ ਪਹਿਰੇਦਾਰ ਨੇ ਜਦੋਂ ਇਹ ਬੇਨਤੀ ਕੀਤੀ, ਮਹਾਂਪੁਰ ਕਹਿਣ ਲੱਗੇ ਕਿ ਮਰਿਆਦਾ ਵਿੱਚ ਤਾਂ ਹੈ ਨਹੀਂ ਕਿ ਲਾਸ਼ ਨੂੰ ਅੰਮ੍ਰਿਤ ਛਕਾਉਣਾ, ਮਰਿਆਦਾ ਵਿੱਚ ਇਹ ਗੱਲ ਨਹੀਂ ਹੈ ਕਿ ਟੂ ਅ ਡੈਡ ਬੋਡੀ ਟੂ ਛਕਾ ਅੰਮ੍ਰਿਤ, ਕੇ ਲਾਸ਼ ਨੂੰ ਅੰਮ੍ਰਿਤ ਛਕਾਉਣਾ, ਪਰ ਜੇ ਇਹ ਹੌਕਾ ਲੈਂਦਾ ਮਰਿਆ ਅੰਮ੍ਰਿਤ ਕਰਦਾ ਕਰਦਾ, ਫਿਰ ਇਹਨੂੰ ਅੰਮ੍ਰਿਤ ਜ਼ਰੂਰ ਛਕਾਵਾਂਗੇ। ਅਰਦਾਸ ਕੀਤੀ, ਕਲਗੀਆਂ ਵਾਲਿਆ ਨੀਲੇ ਸ਼ਾਹ ਸਵਾਰ, ਅੰਮ੍ਰਿਤ ਆ ਦਾਤਿਆ ਤੂੰ ਆਪ ਪੰਜਾਂ ਵਿੱਚੋਂ ਵਰਤੀ, ਤੂੰ ਆਪ ਕਿਰਪਾ ਕਰੀ, ਲਾਸ਼ ਨੂੰ ਅੰਦਰ ਲੈ ਕੇ ਆਏ ਪਿਆਰਿਓ, ਦੇ ਪਲੇਸ ਦ ਡੈਡ ਬੋਡੀ ਇਨ ਫਰੰਟ
ਅਰਦਾਸ ਕੀਤੀ। ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਉਸ ਬੱਚੇ ਦੇ ਮੁਖੜੇ ਵਿੱਚ ਬੂੰਦ ਪਾਇਆ ਅੰਮ੍ਰਿਤ ਦਾ, ਤੇ ਕਹਿਣ ਲੱਗੇ ਇਹ ਪੁੱਤਰਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇੱਦਾਂ ਆਖਿਆ ਮਹਾਂਪੁਰਖਾਂ ਨੇ, ਉਹ ਬੱਚਾ ਉੱਠ ਕੇ ਖੜ ਗਿਆ। ਜਦੋਂ ਮਹਾਂਪੁਰਖਾਂ ਨੇ ਕਿਹਾ ਪੁੱਤਰਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਉੱਠ ਕੇ ਖੜ ਗਿਆ ਬੱਚਾ। ਉਸ ਵੇਲੇ ਪਤਾ ਨਹੀਂ ਕਿੰਨਿਆਂ ਨੇ ਅੰਮ੍ਰਿਤ ਛਕਿਆ। ਜਦੋਂ ਇਹ ਵੇਖਿਆ ਕਿ ਅੰਮ੍ਰਿਤ ਵਿੱਚ ਇੰਨੀ ਤਾਕਤ, ਮੈਂ ਕੱਲ ਕੀ ਆਖ ਰਿਹਾ ਸੀ, ਜੇ ਮੈਂ ਇੱਥੇ ਬਰੀਫ ਕੇਸ ਵਿੱਚ $1,000,000 ਲੈ ਕੇ ਖੜ ਜਾ, ਸਾਰਿਆਂ ਨੇ ਧੱਕਾ ਕਰਨਾ ਕਿ ਮੈਨੂੰ ਬਰੀਫ ਕੇਸ ਫੜਾ ਦਿਓ, ਮੈਨੂੰ ਦੇ ਦਿਓ, ਮੈਨੂੰ ਦੇ ਦਿਓ। ਪਰ ਅੰਮ੍ਰਿਤ ਨੂੰ ਪਛਾਣਿਆ ਨਹੀਂ ਪਿਆਰਿਓ, ਅੰਮ੍ਰਿਤ ਦੀ ਕਦਰ ਨਹੀਂ ਪਾਈ ਆਪਾਂ, ਤਾਂ ਹੀ ਅੰਮ੍ਰਿਤ ਤੋਂ ਦੂਰ ਭੱਜਦੇ ਹਾਂ। ਮੈਂ ਇਹੀ ਗੱਲ ਕਹਿੰਦਾ ਹੁੰਦਾ, ਜੇ ਇਹੀ ਸੋਚ ਲਈਏ ਕਿ ਵਾਜਾਂ ਵਾਲਿਆ ਤੂੰ ਆਪਣੇ ਗੋਡਿਆਂ ਤੇ ਜਾਚਕ ਬਣ ਕੇ ਇਸ ਅੰਮ੍ਰਿਤ ਨੂੰ ਲੋਚਦਾ ਰਿਹਾ ਕਿ ਮੈਂ ਕਿਉਂ ਨਾ ਅੰਮ੍ਰਿਤ ਛਕਾਂ। ਜੇ ਗੁਰੂ ਚੇਲਾ ਬਣ ਕੇ ਅੰਮ੍ਰਿਤ ਮੰਗ ਰਿਹਾ, ਜੇ ਗੁਰੂ ਚੇਲਾ ਬਣ ਕੇ ਅੰਮ੍ਰਿਤ ਮੰਗ ਰਿਹਾ ਪਿਆਰਿਓ, ਆਪਾਂ ਕਿਉਂ ਨਹੀਂ ਮੰਗਦੇ? ਸੋਚਣ ਦੀ ਗੱਲ ਆ। ਇੱਕ ਹੋਰ ਘਟਨਾ ਦੱਸਾਂ, ਬਾਬਾ ਅਤਰ ਸਿੰਘ ਜੀ ਦੀ ਮਾਤਾ ਨੇ ਅੰਮ੍ਰਿਤ ਨਹੀਂ ਛਕਿਆ ਸੀ। ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਮਦਰ ਹਡਨ ਠੇਕ ਅੰਮ੍ਰਿਤ, ਮਰ ਗਈ ਮਾਂ, ਸ਼ੀ ਫਸਟ ਵੇਈ, ਚਿਖਾ ਤਿਆਰ ਕੀਤੀ, ਮਾਂ ਦੀ ਲਾਸ਼ ਚਿਖਾ ਉੱਥੇ ਰੱਖੀ, ਬਾਲਣ ਲਾ ਲੱਗੇ ਸੀਗੇ, ਦੇ ਅਬਾਊਟ ਟੂ ਸੈਟ ਫਾਇਰ ਟੂ ਦ ਬੋਡੀ, ਅੱਗ ਲਾ ਲੱਗੇ ਸੀਗੇ, ਬਾਲਣ ਲਾ ਲੱਗੇ ਸੀ। ਅਰ ਪਿਆਰਿਓ ਮਾਂ ਉੱਠ ਕੇ ਬਹਿ ਗਈ, ਕਹਿਣ ਲੱਗੀ ਮੈਨੂੰ ਅੰਮ੍ਰਿਤ ਛਕਾ ਦਿਓ, ਮਰੀ ਜਿਉਂਦੀ ਹੋ ਗਈ, ਮੈਨੂੰ ਅੰਮ੍ਰਿਤ ਛਕਾ ਦਿਓ। ਉਸ ਵੇਲੇ ਆਖਿਆ ਮਾਤਾ ਆਹ ਕੀ ਭਾਣਾ ਵਾਪਰ ਗਿਆ। ਉਸ ਵੇਲੇ ਕਹਿਣ ਲੱਗੇ ਉਹ ਨਾ ਦਰਗਾਹ ਚ ਮੈਨੂੰ ਥਾਂ ਮਿਲਦਾ, ਉਹ ਨਾ ਨਰਕਾਂ ਚ ਥਾਂ ਮਿਲ ਰਿਹਾ, ਨਾ ਦਰਗਾਹ ਚ ਥਾਂ ਮਿਲਦਾ, ਨਾ ਨਰਕਾਂ ਚ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਨਰਕਾਂ ਚ ਨਹੀਂ ਲਿਜਾ ਸਕਦੇ, ਇਹ ਮਹਾਂਪੁਰਖਾਂ ਦੀ ਮਾਂ ਆ, ਇਹ ਮਾਂ ਆ ਮਹਾਂਪੁਰਖਾਂ ਦੀ, ਵੀ ਕਾਨ ਟੇਕ ਹਰ ਇਨਟੂ ਹਾਓ, ਨਰਕਾਂ ਚ ਨਹੀਂ ਲੈ ਕੇ ਜਾ ਸਕਦੇ ਪਰ ਦਰਗਾਹ ਚ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਇਹ ਗੁਰੂ ਵਾਲੀ ਨਹੀਂ ਬਣੀ, ਇਹ ਗੁਰੂ ਵਾਲੀ ਨਹੀਂ ਬਣੀ, ਗੁਰੂ ਵਾਲੀ ਬਣੂਗੀ ਤਾਂ ਹੀ ਦਰਗਾਹ ਵਿੱਚ ਢੋਈ ਮਿਲੂ। ਪਿਆਰਿਓ ਦਿਆਲ ਦਾਸ ਕਹਿੰਦਾ ਸੀ ਕਲਗੀਆਂ ਵਾਲਿਆ, ਕਿਰਪਾ ਕਰੀ ਮੈਨੂੰ ਸੂਈ ਜਿੰਨੀ ਜਗ੍ਹਾ ਦੇ ਦਿਓ, ਨਹੀਂ ਪੀੜੀ ਜਿੰਨੀ ਜਗ੍ਹਾ ਦੇ ਦਿਓ ਦਰਗਾਹ ਚ, ਪੀੜੀ ਜਿੰਨੀ ਜਗ੍ਹਾ, ਗਿਵ ਮੀ ਅ ਸਟੂਲਸ ਬਰਥ ਆਫ ਸਪੇਸ ਇਨ ਸੱਚਖੰਡ, ਦਰਗਾਹ ਵਿੱਚ ਪੀੜੀ ਜਿੰਨੀ ਜਗ੍ਹਾ ਦੇ ਦਿਓ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਉਹ ਦਿਆਲ ਦਾਸਾ, ਉਹ ਦਿਆਲ ਦਾਸਾ ਤੂੰ ਕਹਿ ਰਿਹਾ ਪੀੜੀ ਜਿੰਨੀ, ਮੈਂ ਤਾਂ ਤੈਨੂੰ ਸੂਈ ਜਿੰਨੀ ਵੀ ਨਹੀਂ ਜਗ੍ਹਾ ਦੇ ਸਕਦਾ। ਠੀਕ ਆ ਤੂੰ ਮੇਰਾ ਪ੍ਰਸ਼ਾਦ ਛਕਦਾ, ਤੂੰ ਥਾਲ ਵਿੱਚੋਂ ਜਲ ਛਕ ਰਿਹਾ, ਠੀਕ ਆ, ਪਰ ਤੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕਿਆ, ਤੂੰ ਸੂਈ ਜਿੰਨੀ ਜਗ੍ਹਾ ਵੀ ਨਹੀਂ ਲੈ ਸਕਦਾ। ਉਸ ਵੇਲੇ ਕਹਿਣ ਲੱਗੇ ਮਹਾਰਾਜ ਕੀ ਕਰਾਂ? ਮਹਾਰਾਜ ਕਹਿਣ ਲੱਗੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲੈ, ਤੂੰ ਪੀੜੀ ਮੰਗਦਾ, ਤੂੰ ਜਿੰਨੀ ਮਰਜ਼ੀ ਜਗ੍ਹਾ ਮੰਗ ਲਈ, ਤੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਰਹੀ, ਤੂੰ ਰਹਿਤਾਂ ਵਿੱਚ ਪੱਕਾ ਰਹੀ। ਅਨ ਪਿਆਰਿਓ ਵੇਖ ਲਓ, ਮਾਂ ਜਦੋਂ ਉੱਠੀ ਕਹਿਣ ਲੱਗੀ ਦਰਗਾਹ ਵਿੱਚ ਵੀ ਨਹੀਂ ਢੋਈ ਮਿਲਦੀ, ਉਹ ਨਰਕਾਂ ਵਿੱਚ ਵੀ ਨਹੀਂ ਥਾਂ। ਪਿਆਰਿਓ ਅੰਮ੍ਰਿਤ ਛਕਿਆ, ਫਿਰ ਪ੍ਰਾਣ ਦੁਆਰਾ ਤਿਆਗ ਲਏ, ਅੰਮ੍ਰਿਤ ਛਕ ਕੇ ਫਿਰ ਮਰ ਗਈ ਮਾਂ। ਅਨ ਪਿਆਰਿਓ ਮੇਰੇ ਕਹਿਣ ਦਾ ਭਾਵ, ਇੱਥੇ ਬੜੇ ਬਜ਼ੁਰਗ ਬੈਠੇ ਹੋਣਗੇ, ਇੱਥੇ ਬੜੇ ਬਜ਼ੁਰਗ ਬਾਪੂ ਮਾਤਾਵਾਂ ਬੈਠੀਆਂ ਨੇ ਜਿਹੜੇ ਕਹਿੰਦੇ ਹੁਣ ਕੀ ਫਾਇਦਾ ਅੰਮ੍ਰਿਤ ਛਕਣ ਦਾ, ਹੁਣ ਤਾਂ ਜ਼ਿੰਦਗੀ ਲੰਘ ਗਈ, ਅੰਮ੍ਰਿਤ ਛਕਿਆ ਹੀ ਆ। ਪਰ ਪਿਆਰਿਓ ਸਿਹਤ ਕਾਰਨ ਕਰਕੇ ਮਜਬੂਰੀਆਂ ਸਭ ਤੇ ਆਉਂਦੀਆਂ, ਮਜਬੂਰੀਆਂ ਸਭ ਤੇ ਆਉਂਦੀਆਂ। ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਜਾਓ, ਪੰਜਾਂ ਪਿਆਰਿਆਂ ਨੇ ਥੋਪ ਨਹੀਂ ਦੇਣਾ ਕਿ ਰੋਜ਼ ਇਸ਼ਨਾਨ ਕਰਨਾ ਪੈਣਾ ਰੋਜ਼। ਜੇ ਸਰੀਰ ਸਾਥ ਨਹੀਂ ਦਿੰਦਾ, ਇਫ ਯੂਰ ਬੋਡੀ ਡਜ਼ਨਟ ਵਰਕ ਫੰਕਸ਼ਨ ਪ੍ਰੋਪਰਲੀ, ਇੱਦਾਂ ਨਾ ਹੋਵੇ ਕਿ ਇੱਦਾਂ ਦੁੱਖ ਦੇ ਐਕਸਕਿਊਜ਼ਸ ਬਣਾਉਂਦੇ ਹੋਏ, ਸਰੀਰ ਦੁੱਖ ਦਾ ਇਹਨਾਂ ਦੇ ਬਹਾਨੇ ਬਣਾਉਂਦੇ ਆਪਾਂ ਦੁਨੀਆ